ਫੀਕੋ ਵੱਲੋਂ 2018-19 ਲਈ ਨਵੀਂ ਟੀਮ ਦਾ ਐਲਾਨ। ਪਿਛਲੇ ਦਿਨੀ ਅਗਲੇ 5 ਸਾਲ ਲਈ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਫੀਕੋ ਦੇ ਨਿਰਬਰੋਧ ਚੁਣੇ ਗਏ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਚੇਅਰਮੈਨ ਸ਼੍ਰੀ ਕੇ ਕੇ ਸੇਠ ਦੀ ਅਗਵਾਈ ਵਿੱਚ 2018-19 ਲਈ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ 'ਤੇ ਓਂਕਾਰ ਸਿੰਘ ਪਾਵਾ ਚੀਫ ਪੈਟਰਨ, ਹਰਜੀਤ ਸਿੰਘ ਸੌਂਦ ਵਾਈਸ ਚੇਅਰਮੈਨ, ਵਿਪਨ ਮਿੱਤਲ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਅਮਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਸਚਦੇਵਾ ਜਨਰਲ ਸਕੱਤਰ, ਰਾਜੀਵ ਜੈਨ ਸਕੱਤਰ, ਦਿਨੇਸ਼ ਸਿੰਘ ਭੋਗਲ ਆਰਗੇਨਾਈਜ਼ਿੰਗ ਸਕੱਤਰ, ਬਲਬੀਰ ਸਿੰਘ ਮਾਨਕੂ ਫਾਈਨੈਂਸ ਸਕੱਤਰ ਤੋਂ ਇਲਾਵਾ ਹੋਰ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ। ਸਮਾਗਮ ਦੌਰਾਨ ਨਵ ਨਿਯੁਕਤ ਅਹੁਦੇਦਾਰਾਂ ਨੇ ਆਪਣੇ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੇ ਨਾਲ ਨਾਲ ਫੀਕੋ ਪ੍ਰਤੀ ਇਮਾਨਦਾਰ ਰਹਿਣ ਦਾ ਅਹਿਦ ਵੀ ਲਿਆ। ਅੱਜ ਬੜੀ ਖੁਸ਼ੀ ਦੀ ਗੱਲ ਆ, ਅੱਜ ਫੀਕੋ ਦੀ ਜਿਹੜੀ ਨਵੀਂ ਟੀਮ ਆ ਉਹਨੇ ਅੱਜ ਪਹਿਲੇ ਦਿਨ ਜਿਹੜੀ ਸਾਡੀ ਆਫਿਸ ਬੇਰਰ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸ਼੍ਰੀ ਕੇ ਕੇ ਸੇਠ ਜੀ ਨੂੰ ਜਿਹੜਾ ਨੈਕਸਟ ਨਿਊਰ ਵਾਸਤੇ ਫੀਕੋ ਦਾ ਚੇਅਰਮੈਨ ਅਪੁਆਇੰਟ ਕੀਤਾ ਗਿਆ, ਔਰ ਸਰ ਹਰਜੀਤ ਸਿੰਘ ਸੌਂਦ ਨੂੰ ਵਾਈਸ ਚੇਅਰਮੈਨ, ਔਰ ਸਮੁੱਚੀ ਟੀਮ ਜਿਹੜੀ ਕਿ ਅੱਜ ਚੁਣ ਲਈ ਗਈ ਹੈ। ਜਿਹੜਾ ਆਉਣ ਵਾਲਾ ਸਮਾਂ ਵਾ, ਜਿਹੜਾ ਅਸੀਂ ਕਹੀਏ ਕਿ ਅਪਰਚੁਨਿਟੀਜ਼ ਅਤੇ ਚੈਲੰਜਸ ਨੂੰ ਅਸੀਂ ਅੱਗੇ ਕੇਟਰ ਕਰਨਾ ਵਾ, ਉਸ ਵਾਸਤੇ ਅਸੀਂ ਅੱਜ ਸਾਡੀ ਫਸਟ ਆਫਿਸ ਬੇਰਰ ਦੀ ਮੀਟਿੰਗ ਸੀ। ਦੂਸਰਾ, 2016 ਦੇ ਵਿੱਚ 47 ਮੈਂਬਰਾਂ ਦਾ ਡੈਲੀਗੇਸ਼ਨ ਯੂਰੋਬਾਈਕ 2016 ਦੇ ਵਿੱਚ ਗਿਆ ਸੀ, ਜਿਹਦੇ ਵਿੱਚ ਅੱਜ ਅਸੀਂ ਸਾਡੇ ਮੈਂਬਰ ਸਾਹਿਬਾਨ ਨੂੰ 19,58,000 ਦੀ ਸਬਸਿਡੀ ਦੇ ਚੈੱਕਸ ਦੇ ਰਹੇ ਹਾਂ, ਅਤੇ ਕਿਉਂਕਿ ਇਹ ਇੱਕ ਸਪੋਰਟ ਦਿੱਤੀ ਹੈ ਕਿ ਸਾਡੇ ਨਾਲ ਅਗਰ ਮੈਂਬਰ ਗਿਆ ਤਾਂ ਉੱਥੇ ਜਾ ਕੇ ਉਹਨੇ ਉਸ ਐਗਜੀਬਿਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਔਰ ਉਸ ਐਗਜੀਬਿਸ਼ਨ ਨੂੰ ਵਿਜ਼ਿਟ ਕੀਤਾ। ਸਿਰਫ ਇੱਕ ਉਹਨੂੰ ਸਪੋਰਟ ਇਸ ਕਰਕੇ ਦਿੱਤੀ ਆ ਕਿ ਇੰਟਰਨੈਸ਼ਨਲ ਟੈਕਨੋਲੋਜੀ ਦੇ ਨਾਲ ਆਪਣੇ ਆਪ ਨੂੰ ਕਿਸ ਤਰ੍ਹਾਂ ਕੰਪੀਟੀਟਿਵ ਕਰਨਾ ਵਾ। ਸੋ ਸਾਡੇ 47 ਮੈਂਬਰਾਂ ਨੂੰ ਅੱਜ ਸਾਡੇ ਚੇਅਰਮੈਨ ਸ਼੍ਰੀ ਕੇ ਕੇ ਸੇਠ ਜੀ ਔਰ ਡਿਸਟ੍ਰਿਕਟ ਇੰਡਸਟਰੀ ਸੈਂਟਰ ਲੁਧਿਆਣਾ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਜੀ ਵੱਲੋਂ ਅਸੀਂ ਇਹ ਵਿਤਰਨ ਕਰਵਾ ਰਹੇ ਹਾਂ, ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵੀ ਆ, ਫਿੱਕੋ ਹਮੇਸ਼ਾ ਹੀ ਇੱਕੋ ਹੀ ਟਾਰਗੇਟ ਲੈ ਕੇ ਮਿਸ਼ਨ 'ਤੇ ਚੱਲਿਆ ਕਿ ਫਿੱਕੋ ਬਿਲੀਵਜ਼ ਇਨ ਗਰੋਇੰਗ ਟੁਗੈਦਰ, ਫਿੱਕੋ ਸਰਵਸ ਟ੍ਰੇਡ ਐਂਡ ਇੰਡਸਟਰੀ, ਟ੍ਰੇਡ ਐਂਡ ਇੰਡਸਟਰੀ ਸਰਵ ਦੀ ਨੇਸ਼ਨ। 28 ਤਰੀਕ ਨੂੰ ਅਸੀਂ 40 ਮੈਂਬਰਾਂ ਦਾ ਤੈਪਈ ਸਾਈਕਲ ਸ਼ੋਅ ਦੇ ਵਿੱਚ ਜਾ ਰਹੇ ਹਾਂ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਤਾਇਵਾਨ ਦੇ ਵਿੱਚ ਸਾਈਕਲ ਇੰਡਸਟਰੀ ਦਾ ਸ਼ੋਅ ਲੱਗਦਾ ਵਾ। ਸੋ ਫਿੱਕੋ ਆਲਵੇਜ਼ ਬਿਲੀਵਜ਼ ਇਨ ਗਰੋਇੰਗ ਟੁਗੈਦਰ। ਸੋ ਅੱਜ ਪਹਿਲਾ ਦਿਨ ਆ ਨਵੀਂ ਟੀਮ ਦਾ ਔਰ ਖੁਸ਼ੀ ਦਾ ਦਿਨ ਆ ਕਿ 20 ਲੱਖ ਰੁਪਈਆ ਸਾਡੇ ਮੈਂਬਰ ਸਾਹਿਬਾਨ ਦੇ ਵਿੱਚ ਵੰਡਿਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇਲੈਕਟ੍ਰੋਨਿਕ ਅਤੇ ਪ੍ਰੈਸ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾ ਕਿ ਉਹ ਹਮੇਸ਼ਾ ਹੀ ਸਾਡੇ ਜਿੰਨੇ ਵੀ ਪ੍ਰੋਗਰਾਮ ਆ ਉਹਨਾਂ ਨੂੰ ਕਵਰੇਜ ਦੇ ਕੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਤੱਕ ਔਰ ਪਬਲਿਕ ਤੱਕ ਪਹੁੰਚਾਉਣ ਦਾ ਪੂਰਾ ਯਤਨ ਕਰਦੇ ਆ। ਥੈਂਕ ਯੂ ਵੈਰੀ ਮੱਚ। ਅੱਜ ਨਵੇਂ ਟੈਨਿਊਰ ਦੀ ਫਿੱਕੋ ਦੀ 5 ਸਾਲ ਦਾ ਸ਼ੁਰੂਆਤ ਹੈ, ਜਿਹਦੇ ਵਿੱਚ ਸਰਵਸੰਮਤੀ ਦੇ ਨਾਲ ਗੁਰਮੀਤ ਸਿੰਘ ਕੁਲਾਰ ਨੂੰ ਪ੍ਰਧਾਨ ਚੁਣਿਆ ਗਿਆ ਔਰ ਇਹ ਸਾਡੇ ਕੌਂਸਟੀਟਿਊਸ਼ਨ ਦੇ ਮੁਤਾਬਿਕ ਜਿਹੜੇ ਬਾਕੀ ਆਫਿਸ ਬੇਰਰ ਨੇ ਉਹ ਪ੍ਰਧਾਨ ਚੁਣਦਾ ਹੈ। ਔਰ ਅੱਜ ਅਸੀਂ ਹਾਲੀ ਕਿ ਸਾਡੇ ਕੋਲ ਕੁਛ 2-3 ਦਿਨ ਬਾਕੀ ਸਨ, ਪਰ ਅਸੀਂ ਅੱਜ ਹੀ ਆਫਿਸ ਬੇਰਰ ਚੁਣ ਲਏ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅੱਜ ਤੋਂ ਹੀ ਕੰਮ ਜਿਹੜਾ ਇੰਡਸਟਰੀ ਦਾ ਸ਼ੁਰੂ ਕਰ ਦਿੱਤਾ ਜਾਵੇ। ਗਵਰਨਮੈਂਟ ਨੂੰ ਅਸੀਂ ਅਪੀਲ ਕੀਤੀ ਹੈ, ਅਪਲਾਈ ਕੀਤਾ ਹੈ ਕਿ ਸਾਨੂੰ ਪਲਾਟ ਦਿੱਤਾ ਜਾਵੇ ਤਾਂ ਕਿ ਫਿੱਕੋ ਆਪਣਾ ਦਫ਼ਤਰ ਉੱਥੇ ਬਣਾ ਸਕੇ ਔਰ ਉਮੀਦ ਹੈ ਕਿ ਸਾਨੂੰ ਗਵਰਨਮੈਂਟ ਤੋਂ ਪਲਾਟ ਮਿਲੇਗਾ ਔਰ ਇਹ ਜਿਹੜਾ ਟੈਨਿਊਰ ਸਾਨੂੰ 5 ਸਾਲ ਦਾ ਮਿਲਿਆ, ਈਸ਼ਵਰ ਚਾਹਿਆ ਅਤੇ ਅਸੀਂ ਇਸ ਟੈਨਿਊਰ ਦੇ ਵਿੱਚ ਫਿੱਕੋ ਦਾ ਆਪਣਾ ਆਫਿਸ ਬਣਾ ਕੇ, ਕਿਉਂਕਿ ਜਿੰਨਾ ਚਿਰ ਆਪਣਾ ਵਧੀਆ ਆਫਿਸ ਨਾ ਹੋਵੇ ਉਨ੍ਹਾਂ 'ਚ ਵਧੀਆ ਕੰਮ ਨਹੀਂ ਹੁੰਦਾ। ਉਹਦਾ ਨਾਂ ਰੱਖਾਂਗੇ ਫਿੱਕੋ ਭਵਨ ਔਰ ਮੈਂ ਪ੍ਰਧਾਨ ਜੀ ਨੂੰ ਫਿਰ ਇੱਕ ਵਾਰੀ ਮੁਬਾਰਕਬਾਦ ਦੇਣਾ ਕਿ ਉਹਨੂੰ ਮੈਨੂੰ ਚੇਅਰਮੈਨ ਦੀ ਸੇਵਾ ਲਗਾਈ, ਹਰਜੀਤ ਸਿੰਘ ਨੂੰ ਵਾਈਸ ਚੇਅਰਮੈਨ ਦੀ ਸੇਵਾ ਲਗਾਈ ਔਰ ਆਪਣੀ ਟੀਮ ਨੂੰ ਚੁਣ ਕੇ ਹਮੇਸ਼ਾ ਜਿਵੇਂ ਪਹਿਲਾਂ ਆਪਣੇ ਨਾਲ ਰੱਖਦੇ ਨੇ ਅੱਗੇ ਤੋਂ ਵੀ ਨਾਲ ਰੱਖਣਗੇ। ਜੈ ਹਿੰਦ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਵਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।